D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਸੀਂ 6 ਦਿਨਾਂ ਲਈ ਜਿਹੜੀ ਆਪਣੀਆਂ ਸਿਆਸੀ ਰੈਲੀਆਂ ਉਹ ਬੰਦ ਕਰਾਂਗੇ ਜਾਨੀ ਕਿ ਸੁਖਵੀਰ ਸਿੰਘ ਬਾਦਲ ਦਾ ਬੀਤੇ ਦਿਨੀ ਮੋਗਾ ਦੇ ਵਿੱਚ ਵਿਰੋਧ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਸੰਜੁਗਤ ਮੋਰਚੇ ਨੇ ਕਿਹਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਕਾਫੀ ਸਮਾਂ ਪਹਿਲਾਂ ਜਿਹੜੀਆਂ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਸੰਜੁਗਤ ਮੋਰਚੇ ਨੂੰ ਨੁਕਸਾਨ ਹੋ ਰਿਹਾ ਉਸ ਨੂੰ ਦੇਖਦੇ ਹੋਏ ਸੁਖਵੀਰ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਹੈ ਕਿ ਉਹ 6 ਦਿਨ ਜਿਹੜੀਆਂ ਉਹ ਰੈਲੀਆਂ ਨਹੀਂ ਕਰਨਗੇ ਕਿਹਾ ਜਾ ਰਿਹਾ ਹੈ ਕਿ ਅਮਲੋਹ ਦੇ ਵਿੱਚ ਕੱਲ ਸ਼੍ਰੋਮਣੀ ਕਾਲਦਲ ਦੀ ਰੈਲੀ ਹੋਣੀ ਸੀ ਦੱਸਿਆ ਜਾ ਰਿਹਾ ਹੈ ਕਿ ਹੁਣ ਸਤੰਬਰ ਦੇ ਵਿੱਚ ਹੋਵੇਗੀ ਇਸ ਤੋਂ ਇਲਾਵਾ ਸੁਖਵੀਰ ਸਿੰਘ ਬਾਦਲ ਦਾ ਹੋਰ ਕੀ ਕਹਿਣਾ ਹੈ ਆਓ ਤੁਹਾਨੂੰ ਉਹ ਵੀ ਸੁਣਾਉਨੇ ਆ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਕਿਸਾਨੀ ਪੰਜਾਬ ਦੇ ਲੋਕ ਕਾਂਗ ਅ ਬੀਜੇਪੀ ਦੀ ਚਾਲ ਤੋਂ ਬਚਨ ਤੋਂ ਐਸ ਕਰਕੇ ਅਸੀਂ ਅੱਜ ਕੋਰ ਕਮੇਟੀ ਨੇ ਫੈਸਲਾ ਕੀਤਾ ਰੋਜ਼ ਅਖਬਾਰਾਂ ਚਾਹੁੰਦਾ ਹੈ ਕਿ ਹਰ ਜਗ੍ਹਾ ਤੇ ਕਿਆ ਜਾਂਦਾ ਹੈ ਕਿ ਸਾਡੀ ਲੀਡਰਸ਼ਿਪ ਤੋਂ ਕਿਸਾਨੀ ਸੰਘਰਸ਼ ਦੇ ਦੇ ਸੰਬੰਧ ਵਿੱਚ ਸਵਾਲ ਪੁੱਛੇ ਜਾਣਿਆ ਇਸ ਕਰਕੇ ਸਾਡੀ ਲੀਡਰਸ਼ਿਪ ਨੇ ਫੈਸਲਾ ਕੀਤਾ ਅਸੀਂ ਤਿਆਰ ਹੈ ਜਿੱਥੇ ਜਿੱਥੇ ਸੰਯੁਕਤ ਮੋਰਚਾ ਸਾਨੂੰ ਹੁਕਮ ਕਰੂਗਾ ਸਾਡੀ ਪਾਰਟੀ ਨੂੰ ਸਾਡੀ ਲੀਡਰਸ਼ਿਪ ਉੱਥੇ ਜਾ ਕੇ ਹਰ ਸਵਾਲ ਦਾ ਜਵਾਬ ਜਿਵੇਂ ਤੁਸੀਂ ਚਾਹੋਣੇ ਸਾਡੀ ਕੀ ਪਾਲਿਸੀ ਹੈ ਕੀ ਪਾਲਿਸੀ ਹੋਣੀ ਹੈ ਕੀ ਅੱਗੇ ਕਰਾਂਗੇ ਸਾਡੀ ਟੀਮ ਪਾਰਟੀ ਦੀ ਉੱਥੇ ਜਾਣ ਨੂੰ ਤਿਆਰ ਹੈ ਜਿੱਥੇ ਕਹੋਂਗੇ ਐਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਮਾਹੌਲ ਖਰਾਬ ਹੋਏ ਐਸ ਕਰਕੇ ਆ ਭਰਾ ਮਾਰੂ ਜੰਗ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ ਆ ਬਹਾਨਾ ਲਾ ਕੇ ਅਕਾਲੀ ਦਲ ਦੇ ਆ ਗੱਲ ਪੰਜਾਬ ਦਾ ਪ੍ਰੋਗਰਾਮ ਦੇ ਨੂੰ ਜਾਣ ਕੇ ਬਹਾਨਾ ਲਾ ਕੇ ਆ ਲੜੇ ਲੜਾਈ ਝਗੜੇ ਜਿਹੜੇ ਉੱਥੇ ਲਾਠੀ ਚਾਰਜ ਤੇ ਜਿਹੜਾ ਇੱਥੇ ਕਰਾ ਲਾਠੀ ਚਾਰਜ ਅਕਾਲੀ ਦਲ ਨਹੀਂ ਕਰਾ ਪੰਜਾਬ ਸਰਕਾਰ ਨੇ ਕੀਤਾ ਲਾਠੀ ਜਾਂ ਪੰਜਾਬ ਸਰਕਾਰ ਨੇ ਕੀਤਾ ਹੈ ਸਰਕਾਰ ਉਹਨਾਂ ਦੀ ਹੈ ਸੈਂਟਰ ਚ ਸਰਕਾਰ ਉਹਨਾਂ ਦੀ ਸਾਡੀ ਅਸੀਂ ਤਾਂ ਆਪੋਜੀਸ਼ਨ ਚ ਆਏ ਤੋਂ ਅਸੀਂ ਨਹੀਂ ਚਾਹੁੰਦੇ ਕਿ ਪਿੰਡਾਂ ਵਿੱਚ ਇਹ ਜਿਹਾ ਮਾਹੌਲ ਕੀਤਾ ਜਾਏ ਇਸ ਕਰਕੇ ਖਾਣਾ ਜਾਨੀ ਬੰਦ ਕੀਤੀ ਜਾਏ ਭਰਾ ਮਾਰੂ ਜੰਗ ਜਿਹੜੀ ਨਾ ਹੋਏ ਤੇ ਆਪ ਅਮਨ ਸ਼ਾਂਤੀ ਪੰਜਾਬ ਰਹੇ ਅਸੀਂ ਜਿਹੜੇ ਪ੍ਰੋਗਰਾਮ ਮੇਰੇ ਹੈਗੇ ਜਿਹੜੇ ਆ ਪ੍ਰੋਗਰਾਮ ਗੱਲ ਪੰਜਾਬ ਦੇ ਆ ਅਸੀਂ 4 ਤਰੀਕ ਨੂੰ ਮੇਰਾ ਪ੍ਰੋਗਰਾਮ ਆਪਣੇ ਹੈਗਾ ਅਮਲੋ ਸੋ ਮੈਂ 6 ਦਿਨ ਵਾਸਤੇ ਅਸੀਂ ਅੱਗੇ ਪੋਸਟਪੋਨ ਕਰ ਰਹੇ ਹਾਂ 6 ਦਿਨ ਮਤਲਬ ਜਿਹੜਾ ਅੱਜ ਦਾ ਪ੍ਰੋਗਰਾਮ 10 ਤਰੀਕ ਨੂੰ ਅਮਲੋ ਤੋਂ ਫਿਰ ਤੋਂ ਸ਼ੁਰੂ ਹੋਊਗਾ ਤੇ ਬਾਕੀ ਸਾਰੇ ਉਵੇਂ ਹੀ ਅੱਗੇ ਪੋਸਟਪੋਨ ਹੋਣਗੇ ਤੇ ਮੈਂ ਸਾਰੀ ਕਿਸਾਨ ਜਥੇਬੰਦੀ ਨੂੰ ਬੇਨਤੀ ਕਰਦਾ ਜਿੱਥੇ ਕਹੋਂਗੇ ਇਹ ਹਫਤਾ ਜੋ ਸਵਾਲ ਜੋ ਸਾਨੂੰ ਪੁੱਛਣਾ ਹੈ ਸਾਡੀ ਲੀਡਰਸ਼ਿਪ ਤਿਆਰ ਹੈ ਜਿੱਥੇ ਕਹੋਂਗੇ ਅਸੀਂ ਉੱਥੇ ਜਾਣ ਨੂੰ ਤਿਆਰ ਆਂ ਸਾਡੀ ਪਾਰਟੀ ਦੀ ਪਾਲਿਸੀ ਸਾਡੀ ਪਾਰਟੀ ਦਾ ਫਿਊਚਰ ਸਟੈਂਡ ਸਾਡਾ ਪ੍ਰਾਣਾ ਸਟੈਂਡ ਜਿੰਨੇ ਵੀ ਕਿਸੇ ਨੇ ਵੀ ਸਵਾਲ ਪੁੱਛਨੇ ਆ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਨੂੰ ਮੈਂ ਬੇਨਤੀ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਭੰਗਣਾ ਕਰੀਏ ਪੰਜਾਬ ਵਿੱਚ ਭਾਈਚਾਰਕ ਸਾਂਝ ਕਾਇਮ ਰੱਖੀਏ ਪੰਜਾਬ ਦੇ ਪਿੰਡਾਂ ਵਿੱਚ ਭਰਾਵਾਂ ਭਰਾਵਾਂ ਨੂੰ ਨਾ ਲੜਾਈਏ ਆਪਾਂ ਪੋਜ਼ਿਟਿਵ ਸੋਚੀਏ ਲੜਾਈ ਦਿੱਲੀ ਨਾਲ ਆ ਤੇ ਬਣਾ ਰਹੇ ਆ ਆਪਾਂ ਲੜਾਈ ਪੰਜਾਬ ਦੇ ਪਿੰਡਾਂ ਵਿੱਚ ਉਹ ਨਹੀਂ ਹੁੰਦਾ ਚਾਹੁੰਦਾ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਪਲਾਨ ਹੈ ਉਹ ਕਾਮਯਾਬ ਨਹੀਂ ਹੋਣਾ ਚਾਹੀਦਾ ਕਿਉਂਕਿ ਕਾਂਗਰਸ ਲੋਕੀ ਪਿੰਡਾਂ 'ਚ ਵਣ ਨਹੀਂ ਦੇ ਰੇ ਕਿਉਂਕਿ ਕਾਂਗਰਸ ਦੇ ਲੀਡਰ ਨੇ ਝੂਠੀਆਂ ਸੌਵਾਂ ਖਾ ਕੇ ਉਹ ਉਹ ਮੁੱਕਰ ਗਿਆ ਤੇ ਮੈਂ ਕਿਸਾਨ ਜੱਥੇਬੰਦਿਆਂ ਨੇ ਪੁੱਛਣਾ ਚਾਹਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹ ਮੁੱਖ ਮੰਤਰੀ ਹੈ ਜਿਹੜਾ ਉਹ ਕਮੇਟੀ ਦਾ ਮੈਂਬਰ ਸੀ ਜਿਨੇ 7 ਕਾਨੂੰਚਾਰੇ ਤਿੰਨੇ ਕਾਲੇ ਕਾਨੂੰਨ ਬਣਾਏ 2 ਸਾਲ ਕਾਂਗਰਸ ਦਾ ਕੈਪਟਨ ਮਰਿੰਦਰ ਸਿੰਘ ਮੀਟਿੰਗਾਂ ਕਰਦਾ ਰਿਹਾ ਤੇ ਦੱਸਿਆ ਨਹੀਂ ਆਪਾਂ ਨੂੰ ਜੇ ਉਦੋਂ ਪਤਾ ਲੱਗ ਜਾਂਦਾ ਤੇ ਆ ਕਾਲੇ ਕਾਨੂੰਨ ਨਹੀਂ ਹੋਣੇ ਸੀ ਓਵੇਂ ਹੀ ਅੱਜ ਤੱਕ ਕੋਣੇ ਲਾਗੂ ਕੀਤੇ ਐ ਤੇ ਇਸ ਕਰਕੇ ਆ ਕਾਂਗਰਸ ਕਿਉਂਕਿ ਆਪਣੀ ਪੁਲਿਸ ਉਹਨਾਂ ਦੀ ਐ ਸਰਕਾਰ ਉਹਨਾਂ ਦੀ ਐ ਤੇ ਜਾਣ ਕੇ ਆਪਣੇ ਵਰਕਰ ਭੇਜ ਕੇ ਆ ਲਿਸਟਾਂ ਤੇ ਸਨੇ ਫੋਟੋਆਂ ਅਸੀਂ ਰਿਲੀਜ਼ ਕਰ ਰਿਹਾ ਹਰ ਜਗ੍ਹਾ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਕੇ ਉੱਥੇ ਪੱਥਰ ਸਿੱਟਦੇ ਆ ਤੇ ਗੱਡੀਆਂ ਤੋੜਦੇ ਆ ਸੋ ਅਸੀਂ ਨਹੀਂ ਚਾਹੁੰਦੇ ਅਮਨ ਸ਼ਾਂਤੀ ਹੋਏ ਬਹਾਨਾ ਇੱਕੋ ਇੱਕ ਹੈ ਕਿ ਅਸੀਂ ਸਵਾਲ ਪੁੱਛਨੇ ਆ ਇਸ ਕਰਕੇ ਸਵਾਲ ਜੋ ਵੀ ਪੁੱਛਣਾ ਚਾਹੇ ਮੈਂ ਕਿਸਾਨ ਜਥੇਬੰਦੀਆਂ ਨੂੰ ਮੈਂ ਅਸੀਂ ਇਹ ਜਾਣ ਇਸ ਲਈ ਆਪਣਾ ਸਪੱਸ਼ਟ ਕਰਨਾ ਚਾਹੁੰਦੇ ਆ ਅਸੀਂ ਨਹੀਂ ਟਕਰਾਅ ਕਿਸੇ ਆਉਣਾ ਚਾਹੁੰਦੇ ਸਾਡਾ ਨਿਸ਼ਾਨਾ ਪੰਜਾਬ ਨੂੰ ਬਚਾਉਣਾ ਕਿਸਾਨੀ ਨੂੰ ਬਚਾਉਣਾ ਇਸ ਕਰਕੇ ਅਮਨ ਸ਼ਾਂਤੀ ਰੱਖਣਾ ਤੇ ਮੈਂ ਆਈ ਬੇਨਤੀ ਕਰਦਾ ਹਾਂ ਕਿਸਾਨ ਜਥੇਬੰਦੀਆਂ ਨੂੰ ਸਾਡੀ ਪਾਰਟੀ ਦੇ ਜੇ ਤੁਸੀਂ ਕੋਈ ਸਟੈਂਡ ਦੇ ਬਾਰੇ ਪਤਾ ਕਰਨਾ ਹੈ ਅਸੀਂ ਸਾਡੀ ਟੀਮ ਤਿਆਰ ਹੈ ਇੱਕ ਹਫਤਾ ਜਿੱਥੇ ਵੀ ਹੋਵਾਂਗੇ ਅਸੀਂ ਇਤਾਂ ਹੀ ਅਸੀਂ ਆਪ ਪੋਸਟਪੋਨ ਕੀਤਾ ਇੱਕ ਹਫਤੇ ਵਾਸਤੇ ਜਿੱਥੇ ਕਹੋਗੇ ਸਾਡੀ ਟੀਮ ਉੱਥੇ ਜਾਣ ਨੂੰ ਤਿਆਰ ਹੈ ਸਤਿਕਾਰ ਕਰਦਾ ਹਾਂ ਕਿਸਾਨ ਸੰਘਰਸ਼ ਨੂੰ ਤੇ ਕਿਸਾਨ ਸਹਿਯੋਗਤ ਮੋਰਚੇ ਨੂੰ ਜਿਨ੍ਹਾਂ ਨੇ ਲਗਾਤਾਰ ਦਿਨ ਰਾਤ ਇਸ ਸੰਘਰਸ਼ ਵਿੱਚ ਹਿੱਸਾ ਲੈ ਰਿਹਾ ਤੇ ਮੈਂ ਇੰਨਾ ਹੀ ਕਹਿਣਾ ਚਾਹਣਾ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਨੂੰ ਉਹਨਾਂ ਯੋਧਿਆਂ ਦੀ ਜੋ ਕੁਰਬਾਨੀ ਹੈ ਉਹਨੂੰ ਤੁਸੀਂ ਖਰਾਬ ਕਰਨ ਲੱਗੇ ਹੋ ਸੰਘਰਸ਼ ਨੂੰ ਬਦਨਾਮ ਕਰਨ ਤੇ ਲੱਗੇ ਹੋ ਕਿਸਾਨ ਸੰਯੁਕਤ ਮੋਰਚੇ ਨੇ ਮੈਂ ਵਧਾਈ ਦੇਣਾ ਚਾਹਣਾ ਲੀਡਰਸ਼ਿਪ ਨੇ ਮੈਂ ਫਿਰ ਤੋਂ ਦਰਾ ਰਿਹਾ ਹਾਂ ਲੀਡਰਸ਼ਿਪ ਨੇ ਆ ਬਾਰ ਬਾਰ ਕਿਹਾ ਕਿ ਜਿਹੜੇ ਪ੍ਰੋਟੈਸਟ ਕਰਦੇ ਆ ਜਿਹੜਾ ਕੀਤੇ ਐ ਉਹ ਸਾਡੇ ਝੰਡੇ ਲੈ ਕੇ ਮਗਰ ਕਾਂਗਰਸ ਦੇ ਹੁੰਦੇ ਐ ਤੋਂ ਮੈਂ ਆਪੀਲ ਕਰਦਾ ਸਮੂੱਚੇ ਪੰਜਾਬੀਆਂ ਨੂੰ ਸਾਰੀਆਂ ਪਾਰਟੀਆਂ ਨੂੰ ਕਿ ਆਪਣੇ ਵਾਸਤੇ ਪੰਜਾਬ ਵਿੱਚ ਅਮਨ ਸ਼ਾਂਤੀ ਬਹੁਤ ਜ਼ਰੂਰੀ ਹੈ ਤੁਸੀਂ ਯਾਦ ਕਰੋ 15 ਸਾਲ ਪੰਜਾਬ ਕਿਵੇਂ ਪਿੱਛੇ ਚਲੇ ਗਿਆ ਸੀ ਉਹ ਜੇ ਹਾਲਾਤ ਪੰਜਾਬ 'ਚ ਨਹੀਂ ਆਉਣੇ ਚਾਹੀਦੇ ਕਿਸੇ ਹਾਲਤ 'ਚ ਨਹੀਂ ਆਉਣੇ ਚਾਹੀਦੇ ਸੈਂਟਰ ਸਰਕਾਰ ਚਾਹੁੰਦੀ ਹੈ ਇੱਥੇ ਗਵਰਨਰ ਨੂੰ ਲੱਗੇ ਤੇ ਉਹ ਆਪਣੇ ਪੰਜਾਬੀਆਂ ਨੂੰ ਕੁੱਟਣ ਜਿਵੇਂ ਕਾਂਗਰਸ ਨੇ ਆਪਣਾ ਕੁੱਟਿਆ ਸੀ 15 ਸਾਲ ਗਾਂਧੀ ਪਰਿਵਾਰ ਨੇ ਆਪਣਾ ਕੁੱਟਿਆ ਸੀ ਉਹ ਦੀ ਚਾਹੁੰਦੀ ਹੈ ਤੇ ਇਸ ਕਰਕੇ ਮਿਆਪੂਰ ਸਾਡੀ ਸ਼ਰਮਣੀ ਅਕਾਲੀ ਦਲ ਕਿਸਾਨਾਂ ਦੀ ਜੱਥੇਬੰਦੀ ਹੋਣ ਦੇ ਨਾਤੇ ਪੂਰਾ ਸਤਕਾਰ ਸਮੂੱਚੀ ਕਿਸਾਨ ਜੱਥੇਬੰਦੀਆਂ ਦੀ ਕਰਦੀ ਹੈ ਤੇ ਉਹਨਾਂ ਦਾ ਸੰਘਰਸ਼ ਨੂੰ ਕਰਦੀ ਹੈ ਤੇ ਕਿਸਾਨਾਂ ਦਾ ਕਰਦੀ ਹੈ ਜਿਹੜੇ ਦਿਨ ਰਾਤ ਮਿਹਨਤ ਕਰ ਰਹੇ ਹੈ ਪਰ ਅਸੀਂ ਬੇਨਤੀ ਕਰਦੇ ਹਾਂ ਕਾਂਗਰਸ ਦੇ ਉਹਨਾਂ ਦੇ ਜਿਹੜੇ ਗੁੰਡੇ ਰੱਖੇ ਆ ਕਿ ਉਹ ਟਕਰਾਅ ਨਾ ਕਰਨ ਕਿਉਂਕਿ ਲਗਾਤਾਰ ਉਹ ਟਕਰਾਅ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਮੈਂ ਆਈ ਅਪੀਲ ਫਿਰ ਤੋਂ ਕਰਦਾ ਕਿ ਪੰਜਾਬ ਨੂੰ ਬਚਾਈਏ ਤੇ ਇਸ ਕਰਕੇ ਮੈਂ ਫਿਰ ਤੋਂ ਕਹਿੰਦਾ 6 ਦਿਨ ਵਾਸਤੇ ਅਸੀਂ ਆਪਣਾ ਪੋਸਟਪੋਨ ਕਰ ਰਹੇ ਆ ਜਿੱਥੇ ਵੀ ਕੋਈ ਸੰਯੁਕਤ ਬੋਰਚੇ ਦੀ ਕੋਈ ਵੀ ਜਥੇਬੰਦੀ ਕੋਈ ਵੀ ਲੀਡਰ ਸਾਡੇ ਸਾਨੂੰ ਇੱਥੇ ਕੰਟੈਕਟ ਕਰ ਸਕਦੇ ਆ ਸਾਡੀ ਟੀਮ ਉਹਨਾਂ ਨੂੰ ਜੋ ਸਵਾਲ ਪੁੱਛਣਾ ਚਾਹਣ ਅਸੀਂ ਕਰਾਂਗੇ ਦੇ ਜਵਾਬ ਦੇਵਾਂਗੇ ਸੁਪਰੀ ਜੀ ਕੱਲ ਬਲਬੇਂ ਸਿੰਘ ਰਾਜੀਆ ਵਾਲੋਂ ਨੇ ਇੱਕ ਸਟੇਟਮੈਂਟ ਦਿੱਤੀ ਗਈ ਹੈ ਕਿ ਪਾਰਟੀਆਂ ਨੂੰ ਨਹੀਂ ਖੇਤੀ ਕਿਉਂ ਪਈ ਹੈ ਨੇ ਚੋਣਾਂ ਨੂੰ ਬਹੁਤ ਸਾਰਾ ਸਮਾਂ ਪਿਆ ਨਹੀਂ ਐਨੀ ਖੇਤੀ ਕੀ ਪਈ ਹੈ ਕਿ ਜਿਹੜਾ ਚੋਣ ਪ੍ਰਚਾਰ ਚੱਲ ਗਿਆ ਬਾਕੀ ਖੇਤੀ 4 ਮਹੀਨੇ ਰਹਿ ਗਏ ਪ੍ਰਚੋਣ ਪ੍ਰਚਾਰ ਤਾਂ ਸਾਲ ਸਾਲ ਪਹਿਲੇ ਸ਼ੁਰੂ ਹੁੰਦਾ ਵੈਸਟਮੰਬਲ ਕਿੰਨੇ ਸਾਲ 1 ਸਾਲ ਪਹਿਲੇ ਹੋਇਆ ਸੀ ਅਸੀਂ ਤਾਂ ਮੈਨੂੰ ਲੱਗਦਾ ਹੁਣ ਤਾਂ ਕੋਈ ਦੇ ਨਹੀਂ ਰਹਿ ਗਏ ਪ੍ਰੋਬਲਮ ਕੀ ਹੈ ਕਿ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਪੰਜਾਬ ਚ ਜਾ ਨਹੀਂ ਸਕਦੀ ਤਾਈਓ ਚੁੱਪ ਕਰਕੇ ਬੈਠੇ ਐ ਕਾਂਗਰਸ ਕਿਸ ਮੂ ਨਾਲ ਕਾਂਗ ਪੰਜਾਬ ਜਾਊਗੀ ਕੋਈ ਐਮਐਲਏ ਜਾ ਸਕਦਾ ਮੰਤਰੀ ਇਹ ਨਾ ਜਾ ਸਕਦਾ ਵਾਟ ਸਕਦਾ ਕਿਉਂਕਿ ਉਹ ਕੀ ਆਮ ਆਦਮੀ ਪਾਰਟੀ ਵਾਲੇ ਜਾ ਸਕਦੇ ਆ ਕਿਉਂਕਿ ਉਹ ਤਾਂ ਪੰਜਾਬ ਦੀ ਬਿਜਲੀ ਬੰਦ ਨਾ ਕਹਿੰਦੇ ਸਾਡੇ ਥਰਮਲ ਪਲਾਨ ਬੰਦ ਕਰਨਾ ਚਾਹੁੰਦੇ ਆ ਆਪ ਦੇ ਲੋਕਾਂ ਦੀ ਗੱਲ ਸੁਣਨ ਜਾ ਆ ਅਸੀਂ ਕੋਈ ਅਸੀਂ ਕੋਈ ਕੈਂਪੇਨ ਨਹੀਂ ਮੈਂ ਜਦੋਂ ਗੱਲ ਕੀਤੀ ਗੱਲ ਪੰਜਾਬ ਦੀ ਸੁਣਨ ਵਾਸਤੇ ਤੁਸੀਂ ਦੇਖਿਆ ਹੋਣਾ ਮੈਂ ਡਾਕਟਰਾਂ ਨੂੰ ਮਿਲ ਰਿਹਾ ਹਾਂ ਮੈਂ ਵਕੀਲਾਂ ਨੂੰ ਮਿਲ ਰਿਹਾ ਹਾਂ ਮੈਂ ਵਪਾਰੀਆਂ ਨੂੰ ਮਿਲ ਰਿਹਾ ਹਾਂ ਮੈਂ ਜਿਹੜੇ ਆਪਣੇ ਸਟੂਡੈਂਟਸ ਨੂੰ ਮਿਲ ਰਿਹਾ ਹਾਂ ਉਹਨਾਂ ਨੂੰ ਪੁੱਛਣਾ ਚਾਹਣਾ ਹੈ ਕਿ ਤੁਹਾਡਾ ਅਗਲੀ ਸਰਕਾਰ ਜੇ ਸਾਨੂੰ ਮੌਕਾ ਦਿੰਨੇ ਆ ਤੇ ਕੀ ਹੋਣਾ ਚਾਹੀਦਾ ਕੀ ਤੁਸੀਂ ਚਾਹੁੰਦੇ ਹੋ ਆਹ ਤਾਂ ਸਾਡੀ ਹਰ ਪੋਲਿਟਿਕਲ ਪਾਰਟੀ ਦਾ ਰਾਈਟ ਹੈ ਕਿ ਲੋਕਾਂ ਦੀ ਗੱਲ ਸੁਣਨਾ ਤੋ ਇਸ ਕਰਕੇ ਆ ਜਿਹੜਾ ਪ੍ਰੋਗਰਾਮ ਹੈ ਆ ਤਾਂ ਅਸੀਂ ਸੁਣ ਕੇ ਫਿਰ ਅਸੀਂ ਉਹਦੇ ਬਾਅਦ ਅਸੀਂ ਆਪਣਾ ਚੋਣ ਮੈਨੀਫੈਸਟੋ ਕੱਢਣਾ 35 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ ਡੀ5 ਚੈਨਲ ਪੰਜਾਬੀ ਤੇ